ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਦੋਸਤੋ, ਜਦੋਂ ਵੀ ਅਸੀਂ ਆਪਣੇ ਭਾਰਤੀ ਭੋਜਨ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਹ ਪੂਰੀ ਦੁਨੀਆ 'ਤੇ ਸਾਨੂੰ ਇੱਕ ਅਲੱਗ ਰੁਤਬਾ ਦਿੰਦੀ ਹੈ, ਕਿਉਂਕਿ ਇੱਥੋਂ ਦੇ ਜਿਹੜੇ ਮਸਾਲੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਮਤਲਬ ਤੁਸੀਂ ਭਾਰਤ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਚਲੇ ਜਾਓ, ਤੁਹਾਨੂੰ ਬਹੁਤ ਸਾਰੇ ਵੱਖ ਵੱਖ ਤਰ੍ਹਾਂ ਦੇ ਮਸਾਲੇ ਦੇਖਣ ਨੂੰ ਮਿਲ ਜਾਣਗੇ। ਇਹੀ ਕਾਰਨ ਹੈ ਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਮਸਾਲਿਆਂ ਦੀ ਅਕਸਰ ਚਰਚਾ ਰਹਿੰਦੀ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਕੋਈ ਵਿਦੇਸ਼ੀ ਭੋਜਨ ਖਾਂਦੇ ਹਾਂ ਨਾ, ਤਾਂ ਸਾਨੂੰ ਉਹ ਬੇਸਵਾਦਾ ਲੱਗਦਾ, ਕਿਉਂਕਿ ਅਸੀਂ ਬਚਪਨ ਤੋਂ ਹੀ ਮਸਾਲੇ ਖਾਣ ਦੇ ਆਦੀ ਹੋ ਚੁੱਕੇ ਹਾਂ। ਖੈਰ, ਤੁਸੀਂ ਬੀਤੇ ਦਿਨੀ ਇਹ ਖਬਰ ਜ਼ਰੂਰ ਸੁਣੀ ਹੋਵੇਗੀ ਕਿ ਕੁਝ ਮਸਾਲਿਆਂ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਕੌਂਟਰੋਵਰਸੀ ਚੱਲ ਰਹੀ ਹੈ। ਭਾਰਤ ਦੇ ਦੋ ਵੱਡੇ ਮਸਾਲਾ ਬ੍ਰੈਂਡ ਨੇ ਜਿਨ੍ਹਾਂ ਦਾ ਨਾਮ ਹੈ MDH ਅਤੇ ਐਵਰੈਸਟ, ਜੋ ਕਿ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਜਾਦ ਕਰਦੇ ਨੇ। ਇਹਨਾਂ ਦੇ ਮਸਾਲਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਹਾਂਗਕਾਂਗ ਅਤੇ ਸਿੰਗਾਪੁਰ ਦੇ ਵਿੱਚ ਇਹਨਾਂ ਦੇ ਮਸਾਲਿਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਅਸਲ ਦੇ ਵਿੱਚ ਇਹ ਮਾਮਲਾ ਕੀ ਹੈ, ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਬੈਨ ਕਿਉਂ ਕੀਤੇ ਗਏ ਨੇ। ਹੁਣ ਜੇ ਐਵਰੈਸਟ ਵਾਲਿਆਂ ਨੂੰ ਪੁੱਛੀਏ ਤਾਂ ਉਹ ਕਹਿੰਦੇ ਆ ਕਿ ਸਾਨੂੰ ਬੈਨ ਨਹੀਂ ਕੀਤਾ ਗਿਆ, ਕੋਈ ਵੀ ਬੈਨ ਜਿਹੜਾ ਸਾਡੇ 'ਤੇ ਨਹੀਂ ਲਗਾਇਆ ਗਿਆ, ਪਰ ਉੱਥੋਂ ਦੀਆਂ ਸਰਕਾਰਾਂ ਕੁਝ ਵੱਡੇ ਕਦਮ ਚੁੱਕ ਰਹੀਆਂ ਨੇ। ਕੀ ਨੇ ਉਹ ਕਦਮ, ਮੈਂ ਤੁਹਾਨੂੰ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਦੇਖੋ, ਹੋਇਆ ਕੀ ਹੈ ਕਿ ਸਿੰਗਾਪੁਰ ਤੋਂ ਇਹ ਖਬਰ ਆਉਂਦੀ ਹੈ ਕਿ ਇਹਨਾਂ ਮਸਾਲਿਆਂ ਨੂੰ ਬੈਨ ਕਰ ਦਿੱਤਾ ਗਿਆ, ਕਿਉਂਕਿ ਇਹਨਾਂ ਦੇ ਵਿੱਚ ਕੈਂਸਰ ਪੋਇਜ਼ਨਿੰਗ ਇਨਗਰੀਡੀਅੰਟ ਜਿਹੜੇ ਨੇ ਉਹ ਪਾਏ ਗਏ ਨੇ। ਇਹ ਤੱਤ ਜਿਹੜੇ ਨੇ MDH ਦੇ ਮਸਾਲੇ ਅਤੇ ਐਵਰੈਸਟ ਦੇ ਮਸਾਲਿਆਂ ਦੇ ਵਿੱਚ ਪਾਏ ਗਏ ਨੇ। ਦੋਸਤੋ, ਇਸ ਖਬਰ ਦੇ ਉੱਤੇ ਭਾਰਤ ਸਰਕਾਰ ਨੇ ਵੀ ਇੱਕ ਤੁਰੰਤ ਐਕਸ਼ਨ ਲਿਆ। ਉਹਨਾਂ ਨੇ ਕੀ ਕੀਤਾ, ਫੂਡ ਮਹਿਕਮੇ ਨੂੰ ਹਦਾਇਤਾਂ ਜਾਰੀ ਕਰਤੀਆਂ ਕਿ ਮਸਾਲਿਆਂ ਦੇ ਸੈਂਪਲ ਲਏ ਜਾਣ ਅਤੇ ਫਿਰ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਅਤੇ ਫੂਡ ਕਮਿਸ਼ਨਰਸ ਨੂੰ ਵੀ ਅਲਰਟ ਦੇ ਉੱਤੇ ਰਹਿਣ ਵਾਸਤੇ ਕਿਹਾ ਗਿਆ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਸੈਂਪਲ ਲਿੱਤੇ ਗਏ ਨੇ ਉਹਨਾਂ ਦੇ ਟੈਸਟ ਕੀਤੇ ਜਾਣਗੇ ਅਤੇ ਰਿਜ਼ਲਟ ਜਲਦੀ ਸਾਹਮਣੇ ਆਉਣਗੇ। ਦੇਖੋ, ਗੱਲ ਆਪਾਂ MDH ਦੇ ਮਸਾਲੇ ਅਤੇ ਐਵਰੈਸਟ ਦੇ ਮਸਾਲਿਆਂ ਦੀ ਕਰ ਰਹੇ ਹਾਂ, ਪਰ ਸਰਕਾਰ ਨੇ ਕਹਿ ਦਿੱਤਾ ਕਿ ਹਰੇਕ ਮਸਾਲਾ ਬ੍ਰਾਂਡ ਦੇ ਮਸਾਲਿਆਂ ਦੇ ਹੁਣ ਸੈਂਪਲ ਲਏ ਜਾਣਗੇ ਅਤੇ ਉਹਨਾਂ ਦੇ ਟੈਸਟ ਕੀਤੇ ਜਾਣਗੇ। ਇਹਨਾਂ ਦੇ ਜਿਹੜੇ ਨਤੀਜੇ ਨੇ ਉਹ ਜਲਦ ਸਾਹਮਣੇ ਆ ਜਾਣਗੇ। ਹੁਣ ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਹਾਂਗਕਾਂਗ ਅਤੇ ਸਿੰਗਾਪੁਰ ਨੇ ਕਿਹਾ ਕੀ ਹੈ। ਦੋਸਤੋ, ਇੱਥੇ ਇੱਕ ਕੈਂਸਰ ਕੁਆਇਜ਼ਿੰਗ ਏਜੰਟ ਹੈ, ਇਸ ਦਾ ਨਾਮ ਹੈ ਐਥਲਿਨ ਆਕਸਾਈਡ। ਇਹਨਾਂ ਦਾ ਕਹਿਣਾ ਹੈ ਕਿ MDH ਦੇ ਮਸਾਲੇ, ਚਾਰ ਮਸਾਲੇ ਨੇ MDH ਦੇ, ਉਹਨਾਂ ਦੇ ਵਿੱਚ ਇਹ ਪਾਇਆ ਗਿਆ ਹੈ, ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਵੀ ਕਿਹੜੇ ਕਿਹੜੇ ਮਸਾਲੇ ਆ। ਉਹਨਾਂ ਦੇ ਵਿੱਚ ਐਥਲਿਕ ਆਕਸਾਈਡ ਜਿਹੜੀ ਆ ਵਧੇਰੇ ਮਾਤਰਾ 'ਚ ਪਾਈ ਗਈ ਹੈ। ਮੈਂ ਹੁਣ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਉਹ ਕਿਹੜੇ ਚਾਰ ਮਸਾਲੇ ਨੇ ਜਿਨ੍ਹਾਂ ਦੇ ਵਿੱਚ ਇਹ ਪਾਇਆ ਗਿਆ ਹੈ। MDH ਦਾ ਮਦਰਾਸ ਕੜੀ ਪਾਊਡਰ, ਸਾਂਬਰ ਮਸਾਲਾ ਔਰ MDH ਦਾ ਕੜੀ ਪਾਊਡਰ ਅਤੇ ਐਵਰੈਸਟ ਦਾ ਫਿਸ਼ ਕੜੀ ਮਸਾਲਾ ਹੈ, ਜਿਨ੍ਹਾਂ ਦੇ ਉੱਤੇ ਬੈਨ ਲਗਾਇਆ ਗਿਆ ਅਤੇ ਇਹ ਆਕਸਾਈਡ ਜਿਹੜੀ ਆ ਉਹ ਪਾਈ ਗਈ ਹੈ। ਹੁਣ ਜਿਹੜਾ ਹਾਂਗਕਾਂਗ ਦਾ ਸੇਫਟੀ ਸੈਂਟਰ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਸਾਲਿਆਂ ਦੇ ਵਿੱਚ ਲੋੜ ਤੋਂ ਵੱਧ ਐਥਨਿਕ ਆਕਸਾਈਡ ਜਿਹੜੀ ਹੈ ਉਹ ਪਾਈ ਗਈ ਹੈ, ਔਰ ਫਿਲਹਾਲ ਰੋਕ ਜਿਹੜੀ ਹੈ ਨਾ ਮਸਾਲਿਆਂ 'ਤੇ ਲਗਾਈ ਗਈ ਹੈ, ਔਰ ਬਾਜ਼ਾਰ ਦੇ ਵਿੱਚ ਵੀ ਇਹਨਾਂ ਦੀ ਵਿਕਰੀ ਜਿਹੜੀ ਹੈ ਉਹ ਨਹੀਂ ਹੋ ਸਕੇਗੀ। ਹੁਣ ਇਸ ਨੂੰ ਦੇਖਦੇ ਹੋਏ ਸਿੰਗਾਪੁਰ ਨੇ ਵੀ ਇਹਨਾਂ ਦੇ ਉੱਤੇ ਬੈਨ ਲਗਾ ਦਿੱਤਾ। ਹੁਣ ਸਭ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਦੋਸਤੋ, ਕਿ ਐਥਲਿਕ ਆਕਸਾਈਡ ਜਿਹੜੀ ਹੈ ਉਹ ਅਸਲ ਦੇ ਵਿੱਚ ਚੀਜ਼ ਕੀ ਹੈ। ਦਰਅਸਲ ਇਹ ਇੱਕ ਗੈਸ ਹੈ ਜੋ ਕਿ ਫਲੇਮੇਬਲ ਅਤੇ ਕਲਰਲੈਸ ਹੈ ਅਤੇ 10.7 ਟੈਂਪਰੇਚਰ ਵਾਲੀ ਗੈਸ ਹੈ। ਹੁਣ ਸਵਾਲ ਇਹ ਵੀ ਬਣਦਾ ਕਿ ਇਸ ਦੀ ਵਰਤੋਂ ਕਿੱਥੇ ਹੁੰਦੀ ਹੈ। ਇਸ ਦੀ ਵਰਤੋਂ ਜ਼ਿਆਦਾਤਰ ਕੀਟਨਾਸ਼ਕ ਦਵਾਈਆਂ ਦੇ ਤੌਰ ਦੇ ਉੱਤੇ ਕੀਤੀ ਜਾਂਦੀ ਹੈ, ਜਾਂ ਫਿਰ ਮੈਡੀਕਲ ਲਾਈਨ ਦੇ ਵਿੱਚ ਜਦੋਂ
ਮੈਡੀਕਲ ਉਪਕਰਨ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨਾ ਹੁੰਦਾ ਅਤੇ ਕਿਸੇ ਹੋਰ ਮਰੀਜ਼ ਵਾਸਤੇ ਉਹਨਾਂ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਉੱਥੇ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵ ਕਿ ਕੀਟਾਣੂਆਂ ਨੂੰ ਮਾਰਨ ਦੇ ਵਾਸਤੇ ਇਸ ਦੀ ਵਰਤੋਂ ਹੁੰਦੀ ਹੈ, ਇਹ ਨੈਚੁਰਲ ਫਾਰਮ ਦੇ ਵਿੱਚ ਪਾਇਆ ਜਾਂਦਾ। ਹੁਣ ਸਵਾਲ ਇਹ ਵੀ ਬਣਦਾ ਕਿ ਇਸ ਦੇ ਨਾਲ ਕੈਂਸਰ ਹੋ ਸਕਦਾ? ਦੇਖੋ, ਇੱਦਾਂ ਨਹੀਂ ਕਿ ਤੁਸੀਂ ਇਸ ਨੂੰ ਲਿਆ ਅਤੇ ਤੁਹਾਨੂੰ ਕੈਂਸਰ ਹੋ ਗਿਆ, ਨਹੀਂ। ਜਦੋਂ ਇਸ ਦੀ ਵਰਤੋਂ ਤੁਸੀਂ ਰੋਜ਼ਾਨਾ ਕਰੋਗੇ, ਵਧੇਰੇ ਕਰੋਗੇ, ਤਾਂ ਫਿਰ ਇਹ ਕੈਂਸਰ ਦਾ ਕਾਰਨ ਬਣ ਸਕਦਾ। ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਇਸ ਨਾਲ ਤੁਹਾਡਾ DNA ਵੀ ਡੈਮੇਜ ਹੋ ਸਕਦਾ ਅਤੇ ਤੁਹਾਨੂੰ ਕੈਂਸਰ ਹੋ ਸਕਦਾ। ਸੋ ਵਿਦੇਸ਼ਾਂ ਦੇ ਵਿੱਚ ਇਸ ਦਾ ਇਹੀ ਕਾਰਨ ਹੈ ਕਿ ਇਸ ਨੂੰ ਬੈਨ ਜਿਹੜਾ ਉਹ ਕਰ ਦਿੱਤਾ ਗਿਆ। ਹੁਣ ਵਾਰੀ ਆਉਂਦੀ ਹੈ ਇੰਡੀਆ ਦੀ, ਇੰਡੀਆ ਦਾ ਇਸ ਦੇ ਉੱਤੇ ਕੀ ਸਟੈਂਡ ਹੈ? ਦੋਸਤੋ ਦੇਖੋ, ਭਾਰਤ ਦੇ ਵਿੱਚ ਇਹ ਲਿਖਿਆ ਜਾ ਚੁੱਕਾ ਹੈ ਕਿ ਫੂਡ ਆਈਟਮਾਂ, ਜਿੰਨੀਆਂ ਵੀ ਫੂਡ ਆਈਟਮਾਂ ਨੇ ਉਹਨਾਂ ਦੇ ਵਿੱਚ ਇਸ ਨੂੰ ਨਹੀਂ ਵਰਤਿਆ ਜਾ ਸਕਦਾ। ਹੁਣ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਸੈਂਪਲ ਲਏ ਗਏ ਨੇ, ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ MDH ਮਸਾਲਿਆਂ ਦੇ ਸੈਂਪਲ ਲਿੱਤੇ ਗਏ ਨੇ, ਐਵਰੈਸਟ ਮਸਾਲਿਆਂ ਦੇ ਸੈਂਪਲ ਲਿੱਤੇ ਗਏ ਨੇ, ਅਤੇ ਤਮਾਮ ਜਿੰਨੀਆਂ ਵੀ ਭਾਰਤ ਦੇ ਵਿੱਚ ਕੰਪਨੀਆਂ ਜਿਹੜੀਆਂ ਨੇ ਮਸਾਲੇ ਬਣਾਉਂਦੀਆਂ ਨੇ ਉਹਨਾਂ ਦੇ ਮਸਾਲਿਆਂ ਦੇ ਸੈਂਪਲ ਲਿੱਤੇ ਗਏ ਨੇ। ਜੇਕਰ ਇਹ ਗੈਸ ਉਹਨਾਂ ਵਿੱਚ ਵਧੇਰੇ ਮਾਤਰਾ 'ਚ ਪਾਈ ਜਾਂਦੀ ਹੈ ਤਾਂ ਇਹ ਭਾਰਤ ਦੇ ਵਿੱਚ ਵੀ ਬੰਦ ਹੋ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਮਾਮਲਾ ਵੀ ਦਰਜ ਹੋ ਸਕਦਾ। ਸੋ ਦੋਸਤੋ, ਜੇਕਰ ਤੁਸੀਂ ਵੀ ਇਹਨਾਂ ਮਸਾਲਿਆਂ ਦੀ ਵਰਤੋਂ ਕਰਦੇ ਹੋ ਤਾਂ ਜ਼ਰਾ ਸੰਭਲ ਕੇ ਕਰਨਾ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਜਿਹੀਆਂ ਹੋਰ ਜਾਣਕਾਰੀਆਂ ਲੈਣ ਵਾਸਤੇ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪੰਜਾਬ ਡਾਇਰੀ। ਧੰਨਵਾਦ।